कोई देखे ना देखे रब तो देख रहा है, इस्त्री काम नहीं करते जो मालिक ना सिर ते होवे। जदों कोई ना देख रहा होवे उदों अल्लाह पाक दी ज़ात देख रही हुंदी। दिहाड़ी किस्मत नाल लभदी है, लभदी है। सुबह 8 बजे तो लैके 5 बजे तक तुसीं उहनां दी ड्यूटी करनी करनी है, ते गर्मी नाल तां वैसे बंदे दा दिमाग हिल जांदा। बिस्मिल्लाह रहमान रहीम। ਝੜੀਆਂ ਲੱਗੀਆਂ ਹੋਈਆਂ ਜੇ ਭਾਈ ਹੈ, ਬਾਰਿਸ਼ਾਂ ਹੋ ਰਹੀਆਂ ਤੇ ਬਾਰਿਸ਼ਾਂ ਦੇ ਅੰਦਰ ਮਜ਼ਦੂਰ ਬੰਦਾ ਜਿਹੜਾ ਉਹਨੂੰ ਸਹੀ ਵਿਚਾਰਿਆਂ ਨੂੰ ਪ੍ਰੈਸ਼ਰ ਪੈ ਜਾਂਦਾ, ਕਿਉਂਕਿ ਦਿਹਾੜੀ ਕਿਸਮਤ ਨਾਲ ਲੱਭਦੀ ਹੈ, ਲੱਭਦੀ ਹੈ। ਦੇਖ ਲਓ ਕਿ ਕਿੱਡੀ ਵਿਰਾਨ ਕਿੱਡਾ ਕਿੱਡਾ ਕਲੂਨੀ ਟੈਪ ਆ ਮੇਰਾ ਅੰਦਾਜ਼। ਮਜ਼ੀਦ ਭਾਈ ਆਪਣੀ ਮਜ਼ਦੂਰੀ ਕਰ ਰਿਹਾ, ਕਿਉਂ ਨਾ ਹੋਵੇ ਆਪਾਂ ਚਾਚਾ ਜੀ ਕੋ ਪੁੱਛੀਏ, ਨਾਲੇ ਉਹਨਾਂ ਦੀ ਕੋਈ ਹਾਲਾਤ ਜ਼ਿੰਦਗੀ ਪੁੱਛੀਏ। ਅਸਲਾਮੁ ਅਲੈਕਮ ਜੀ ਮੁਹਤਰਮ, ਕੀ ਹਾਲ ਹੈ ਚਾਚਾ ਜੀ? अल्हम्दुलिल्लाह ठीक ठाक। अपनी मेहनत मजदूरी बच्चों वास्ते कर देने, माशाल्लाह बड़ी अच्छी बात है, क्योंकि मेहनत सोने नबी पाक सल्लल्लाहु अलैहि वसल्लम दी सुन्नत। की बन रही है कलूनी? महीने महीने 10-12 दिन लग जाते हैं, सिर्फ 10-12 दिन। दुई फिर दुई अपना स्प्रे का काम है, वो कर खुली का माड़ा चंगा इनके। हाँ जी, जिम्मेदारों नाल छिड़क देने हैं नहीं, वो क्या बात है, इनके अपनी मेहनत माशाल्लाह कर दे अपने हाथ से देना, हकदारी कर दे। माशाल्लाह माशाल्लाह, अल्लाह पाक थोड़े रिज़क अंदर बरकत आ फरमान। ना मेन रोड चल रहा है मुबीन भाई, ना उत्ते कोई छत, ना कोई चीज, ना कोई परछावा। सुबह 8 बजे तो लैके 5 बजे तक तुसीं उहनां दी ड्यूटी करनी करनी है, ते गर्मी ना तो वैसे बंदे दा दिमाग हिल जांदा जी जिन्नी, क्योंकि आ तो 2 दिन बारिश होगी नहीं तो कुदरती, बाकी तो गर्मी पूरी अरूज ते पै रही है। मजबूरी क्योंकि बच्चों का फेल भी पेट भी पालना जी जी। हुण इह दस्सो कि बेहतर किदां कीता जा सकदा, हालात नूं बेहतर असीं थोड़े वास्ते की खिदमत पेश कर सकते हैं? कोई कारोबार तुहानूं करके दिता जावे, की करके दिता जावे? ਸਮਝ ਆ ਰਿਹਾ, ਤੁਹਾਡੀ ਉਮਰ ਵੀ ਕਾਫੀ ਬੀਤ ਰਹੀ ਹੈ ਇਸ ਟਾਈਮ, ਕਾਫੀ ਹੋ ਗਈ ਉਮਰ, ਤੇ ਹੁਣ ਕੰਮ ਹੁੰਦਾ ਵੀ ਨਹੀਂ ਉਹ ਜਿਹਾ। ਹਾਂਜੀ ਹਾਂਜੀ, ਸਦਾ ਬੰਦਾ ਇੱਕੋ ਜਿਹਾ ਰਹਿੰਦਾ ਜੀ ਜੀ ਜੀ। ਅੱਲਾਹ ਪਾਕ ਇਨਸ਼ਾਅੱਲਾ ਬਦਲੋਗੇ ਹਾਲਾਤ। ਤੁਹਾਨੂੰ ਕੋਈ ਹੁਨਰ ਹੈ ਤੁਹਾਡੇ ਕੋਲ ਜਿਹੜਾ ਉਸ ਚੀਜ਼ ਦਾ ਤੁਹਾਨੂੰ ਕਾਰੋਬਾਰ ਕਰਕੇ ਦਿੱਤਾ ਜਾਵੇ? ਕੋਈ ਸਬਜ਼ੀ ਵੇਚ ਸਕਦੇ ਹੋ, ਜਾਂ ਕਰਿਆਨੇ ਦੀ ਦੁਕਾਨ ਚਲਾ ਸਕਦੇ ਹੋ, ਜਾਂ ਕੋਈ ਦਰਜੀ ਦਾ, ਜਾਂ ਕਾਹਦਾ ਵੀ, ਜੋ ਵੀ ਤੁਸੀਂ ਕਰ ਸਕਦੇ ਹੋ। ਮੇਰਾ ਜਿਹਨ ਹੈਗਾ ਵਾ ਬਣਾ ਕੇ ਨਾ ਰਕਸ਼ਾ ਜੀ ਜੀ, ਤੇ ਉਹ ਤਾਂ ਸਬਜ਼ੀ ਵੇਚਾਂ। ਸਹੀ ਜੀ ਜੀ, ਜ਼ਬਰਦਸਤ। ਇਹ ਕਿ ਸਬਜ਼ੀ ਵੇਚ ਸਕਦੇ ਹੋ ਤੁਸੀਂ, ਅਗਰ ਤੁਹਾਨੂੰ ਸਬਜ਼ੀ ਦਾ ਇਨਸ਼ਾਅੱਲਾ, ਸਬਜ਼ੀ ਦੇ ਵੀ ਮਾਰਜਨ ਜਿਹੜਾ ਪ੍ਰੋਫਿਟ ਹੁੰਦਾ ਨਾ ਕਾਫੀ ਹੋ ਜਾਂਦਾ। ਇਦਾਂ ਹੀ ਆ ਬਿਲਕੁਲ। ਅਗਰ ਪਿੱਛੋਂ ਤੁਸੀਂ ਫਰਜ਼ ਗੱਲ 50 ਰੁਪਏ ਤੇ ਲਈਏ ਕਿ 100 ਦੀ 80 ਰੁਪਏ ਦੀ ਨਦੀ ਦੇਖ ਜਾਂਦੀ ਹੈ। ਹਾਂਜੀ, ਚਲੇ ਜਾਂਦੀ ਹੁੰਦੀ ਹੈ। ਅੱਛਾ ਜੀ, ਆਖਰੀ ਤੁਹਾਡੇ ਕੋਲ ਇੱਕ ਸਵਾਲ ਕਰਨਾ ਹੈ। ਹਾਂਜੀ, ਅਕਸਰ ਲੋਕੀ ਕਹਿੰਦੇ ਹੁੰਦੇ ਕਿ ਮਾਲਕ ਸਿਰ ਤੇ ਨਾ ਹੋਵੇ ਤੇ ਮਿਸਤਰੀ ਮਜ਼ਦੂਰ ਕੰਮ ਨਹੀਂ ਕਰਦੇ। ਨਹੀਂ ਯਾਰ, ਤੇ ਮਿਸਤਰੀ ਨਾ ਇੱਥੇ ਕੋਈ ਮਾਲਕ, ਨਾ ਇੱਥੇ ਕੋਈ ਚੀਜ਼, ਕੋਈ ਮਾਲਕ ਆ ਨਾ ਕੋਈ ਮਿਸਤਰੀ, ਇੱਥੇ ਕੋਈ ਨਹੀਂ, ਮੈਂ ਇਕੱਲਾ ਹੀ ਆ ਇੱਥੇ। ਸਹੀ, ਆਪਣੀ ਇਮਾਨਦਾਰੀ ਨਾਲ ਲੱਗੇ ਹੋਏ ਆ ਲੱਗਾ ਹੈ। ਮੈਨੂੰ ਦਿਹਾੜੀ ਦੇਣੀ ਇਹਨਾਂ ਨੇ, ਮੈਂ ਜੇ ਵਿਹਲਾ ਬੈਠਾ ਰਹਾ ਮੈਂ ਇੱਥੇ। ਜੀ 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 ਜੀ, ਹੈਰਾਨ ਹੋ ਗਿਆ ਜੀ ਜੀ, ਬੜੀ ਅੱਛੀ ਬਾਤ ਹੈ। ਕੀ ਬਾਤ ਹੈ, ਮਾਸ਼ਾਅੱਲਾ, ਕਿ ਗੈਰ ਮੌਜੂਦਗੀ ਦੇ ਅੰਦਰ ਵੀ ਮਾਲਕਾਂ ਤੋਂ ਆਪਣੀ ਇਮਾਨਦਾਰੀ ਨਾਲ ਕੰਮ ਲੱਗੇ ਕੰਮ ਲੈ ਰਹੇ ਜੀ। ਅਸਲਾਮ ਅਲੈਕੁਮ ਜੀ, ਬਹੁਤ ਅੱਛੀ ਬਾਤ ਹੈ। ਇਹ ਤਾਂ ਸੋਹਣੇ ਨਬੀ ਪਾਕ ਸੱਲਮ ਦਾ ਇਮਾਨ, ਆਪ ਸੱਲਮ ਦੀ ਇਹੀ ਤਾਂ ਦਾਵਤ ਉਹ ਦੀਨ ਸੀ ਜੇ ਭਈ, ਕਿ ਜਦੋਂ ਕੋਈ ਨਾ ਦੇਖ ਰਿਹਾ ਹੋਵੇ ਉਦੋਂ ਅੱਲਾਹ ਪਾਕ ਦੀ ਜ਼ਾਤ ਦੇਖ ਰਹੀ ਹੁੰਦੀ ਹੈ, ਦੇਖ ਰਹੀ ਹੁੰਦੀ ਹੈ। ਅਸੀਂ ਅੱਲਾਹ ਪਾਕ ਦੀ ਤੌਫੀਕ ਨਾਲ ਜੋ ਤੁਹਾਡੇ ਵਾਸਤੇ ਬਿਹਤਰ ਹੋ ਸਕਿਆ ਇਨਸ਼ਾਅੱਲਾ ਤਾਲਾ ਕਰਾਂਗੇ। ਤੁਸੀਂ ਖੁਆਇਸ਼ ਸਾਨੂੰ ਦੱਸ ਦਿੱਤੀ ਕਿ ਸਬਜ਼ੀ ਦੀ ਹੈ, ਕਰ ਸਕਦੇ ਹੋ ਇਨਸ਼ਾਅੱਲਾ, ਉਹ ਅੱਲਾਹ ਪਾਕ ਦੀ ਮਦਦ ਨਾਲ ਤੁਹਾਡੇ ਵਾਸਤੇ ਹੋਊਗੀ। ਝੜੀ ਲੱਗੀ ਆ, ਅੱਜ ਮੌਸਮ ਵੀ ਠੰਡਾ, ਤੇ ਅੱਜ ਬੱਚਿਆਂ ਵਾਸਤੇ ਫਿਰ ਜਾ ਕੇ ਸਵਈਆਂ ਤੇ ਚਾਵਲ ਤੁਸੀਂ ਬਣਾਣੇ ਆ। ਉਹ ਅੱਲਾਹ ਪਾਕ ਨੇ ਥੋੜੀ ਕੁਛ ਅਮਾਨਤ ਭੇਜੀ ਆ, ਤੁਹਾਨੂੰ ਅਮਾਨਤ ਪੇਸ਼ ਕਰਦੇ। ਅੱਛਾ ਚਾਚਾ ਜੀ, ਸਭ ਤੋਂ ਪਹਿਲਾਂ ਮਾਸ਼ਾਅੱਲਾ ਮੈਨੂੰ ਬੜੀ ਖੁਸ਼ੀ ਹੋਈ ਅਲਹਮਦੁਲਿਲਾ, ਕਿ ਨਾ ਯਕੀਨਨ ਅਸੀਂ 10 ਮਿੰਟ ਉੱਥੇ ਨਾ ਖੜੇ ਦੇਖ ਰਹੇ ਸੀ ਕਿ ਯਾਰ ਚਾਚਾ ਜੀ ਲਗਾਤਾਰ ਕੰਮ ਕਰ ਰਹੇ, ਕਿਉਂਕਿ ਨਾ ਮਾਲਕ ਸਿਰ ਤੇ ਨਾ ਕੋਈ ਪੁੱਛਣ ਵਾਲਾ, ਲੇਕਿਨ ਤੁਸੀਂ ਅਲਹਮਦੁਲਿਲਾ ਉਹਨਾਂ ਦੀ ਗੈਰ ਮੌਜੂਦਗੀ ਦੇ ਅੰਦਰ ਵੀ ਪੂਰੀ ਮਿਹਨਤ ਕੀਤੀ। ਹਾਲਾਂਕਿ ਬੜਾ ਮਸ਼ਹੂਰ ਆ ਕਿ ਮਿਸਤਰੀ ਕੰਮ ਨਹੀਂ ਕਰਦੇ ਜੇ ਮਾਲਕ ਨਾ ਸਿਰ ਤੇ ਹੋਵੇ, ਕਈ ਤਾਂ ਮੰਜੇ ਡਾ ਕੇ ਬਹਿ ਜਾਂਦੇ ਆ ਉੱਥੇ, ਤੇ ਅਲਹਮਦੁਲਿਲਾ ਕੋਈ ਇੱਥੇ ਵਾਦੀਏ ਖਮੋ ਕੀ ਆ ਐਨ ਕੋਈ ਸ਼ੈ ਨਹੀਂ ਕੋਈ, ਹਾਲਾਂਕਿ ਤੁਸੀਂ ਬੈਠ ਵੀ ਜਾਓ ਤੇ ਐਡੀ ਟੈਨਸ਼ਨ ਕੋਈ ਨਹੀਂ, ਲੇਕਿਨ ਇਹਦੇ ਬਾਵਜੂਦ ਮਾਸ਼ਾਅੱਲਾ ਤੁਸੀਂ ਆਪਣੀ ਪੂਰੀ ਮਿਹਨਤ ਕੀਤੀ, ਕਿਉਂਕਿ ਜੇ ਭਈ ਇਹਨਾਂ ਨੂੰ ਪਤਾ ਕਿ ਮਾਲਕ ਨਹੀਂ ਦੇਖ ਸਾਨੂੰ ਪਾਲਣ ਵਾਲਾ, ਜਿਹੜਾ ਜਿਹਨੇ ਪੈਦਾ ਕੀਤਾ ਉਹ ਮਾਲਕ ਦੇਖ ਰਿਹਾ ਆ, ਪਰਵਰਦੀਗਾਰ ਦੇਖ ਰਿਹਾ, ਉਹ ਦੇਖਦਾ ਅੱਲਾ ਦੀ ਜ਼ਾਤ ਦੇਖ ਰਹੀ ਆ, ਕੋਈ ਦੇਖੇ ਨਾ ਦੇਖੇ ਰੱਬ ਤੋਂ ਦੇਖ ਰਹਾ ਹੈ ਜੀ ਜੀ। ਲਓ ਜੀ, ਆ ਚਾਚਾ ਜੀ ਤੁਹਾਡੇ ਵਾਸਤੇ ਅਲਹਮਦੁਲਿਲਾ ਰਾਸ਼ਨ ਪੈਕੇਜ ਆਇਆ ਮੁਕੰਮਲ, ਦੇ ਵਿੱਚ ਦਾਲਾਂ, ਚੀਨੀ, ਚਾਵਲ, ਆਟਾ, ਕੇ ਪੂਰੇ ਮਹੀਨੇ ਦਾ ਰਾਸ਼ਨ ਆ, ਨਾਲ ਆਟਾ ਵੀ ਅਲਹਮਦੁਲਿਲਾ ਜੀ। ਇਹ ਸਾਡੇ ਇੱਕ ਬੜੇ ਹੀ ਪਿਆਰੇ ਭਾਈ ਆ ਸ਼ੁਐਬ ਭਾਈ, ਉਹ ਕਾਫੀ ਦਿਨਾਂ ਤੋਂ ਨਾ ਥੋੜ੍ਹਾ ਜਿਹਾ ਬਿਮਾਰ ਨੇ, ਉਹਨਾਂ ਵਾਸਤੇ ਖੁਸੀ ਦੁਆ ਕਰਨੀ ਕਿ ਅੱਲਾ ਪਾਕ ਉਹਨਾਂ ਨੂੰ ਮੁਕੰਮਲ ਸਿਹਤ ਕਾਮਲਾ ਸ਼ਿਫਾ ਤਾ ਫਰਮਾਏ, ਔਰ ਸਾਡੇ ਵਾਸਤੇ ਵੀ ਗੁਨਾਹਗਾਰਾਂ ਵਾਸਤੇ ਦੁਆ ਕਰਨੀ ਕਿ ਅੱਲਾ ਪਾਕ ਸਾਡੇ ਕੋਲ ਵੀ ਜਿਹੜਾ
खिदमत खलक का काम लै रहे अल्लाह पाक साढ़े को मजीद लै लवे और शायद भाई अल्लाह मजीद इस्तकामत अता फरमाए जिहड़ा इन्ना माड़े लोगों का सोच रहे। बहुत बहुत शुक्रिया।